ਬਹੁਤ ਹੀ ਸਤਿਕਾਰਯੋਗ ਕਿਸਾਨ ਸਾਥੀਓ, ਤੁਹਾਡਾ ਸਾਡੇ YouTube ਚੈਨਲ ਦੇ ਉੱਤੇ ਸਵਾਗਤ ਹੈ। ਸਭ ਤੋਂ ਪਹਿਲਾਂ ਆਪ ਸਭ ਨੂੰ ਵਿਸਾਖੀ ਅਤੇ ਖਾਲਸੇ ਦੇ ਪਵਿੱਤਰ ਖਾਲਸਾ ਸਾਜਨਾ ਦਿਵਸ ਦੇ ਮੌਕੇ ਤੁਹਾਨੂੰ ਸਾਰਿਆਂ ਨੂੰ ਬਹੁਤ ਬਹੁਤ ਮੁਬਾਰਕਾਂ। ਮੈਂ ਡਾਕਟਰ ਅਮੀਤ ਸਿੰਘ, ਮੁੱਖ ਖੇਤੀਬਾੜੀ ਅਫਸਰ ਫਰੀਦਕੋਟ। ਇਸ ਵਾਰ ਜ਼ਿਲ੍ਹਾ ਫਰੀਦਕੋਟ ਦੇ ਵਿੱਚ ਤਕਰੀਬਨ 1,15,000 ਹੈਕਟੇਅਰ ਰਕਬੇ ਦੇ ਵਿੱਚ ਕਣਕ ਦੀ ਬਿਜਾਈ ਜਿਹੜੀ ਕੀਤੀ ਗਈ ਹੈ, ਉਸ ਦੇ ਵਿੱਚੋਂ ਤਕਰੀਬਨ 5,00,000 ਮੀਟਰਿਕ ਟਨ ਜਿਹੜੀ ਉਹ ਪੈਦਾਵਾਰ ਹੋਣ ਦੀ ਸੰਭਾਵਨਾ। ਸੋ ਸਰਕਾਰ ਵੱਲੋਂ ਇਸ ਵਾਰ ਘੱਟੋ ਘੱਟ ਖਰੀਦ ਮੁੱਲ ਜਿਹੜਾ ਵਾ ਉਹ 2,275 ਰੁਪਏ ਪ੍ਰਤੀ ਕੁਇੰਟਲ ਜਿਹੜਾ ਵਾ ਉਹ ਨਿਰਧਾਰਿਤ ਕੀਤਾ ਗਿਆ। ਕਣਕ ਦੀ ਕਟਾਈ ਤਕਰੀਬਨ ਜਿਹੜੀ ਹੈ ਜ਼ਿਲ੍ਹੇ ਫਰੀਦਕੋਟ ਦੇ ਵਿੱਚ 18 ਅਪ੍ਰੈਲ ਤੋਂ ਬਾਅਦ ਜਿਹੜੀ ਹੈ ਉਹ ਸ਼ੁਰੂ ਹੋਈ, ਕਿਉਂਕਿ ਇਸ ਵਾਰ ਕੋਈ ਬਰਸਾਤਾਂ ਕਾਰਨ, ਮੌਸਮ ਠੰਡਾ ਹੋਣ ਕਾਰਨ ਹਫ਼ਤਾ ਸਾਡੀ ਜਿਹੜੀ ਕਟਾਈ ਜਿਹੜੀ ਹੈ ਉਹ ਲੇਟ ਹੈ। ਸੋ ਇਸ ਵਿੱਚ ਸਾਨੂੰ ਕੁਝ ਗੱਲਾਂ ਦਾ ਖਿਆਲ ਰੱਖਣਾ ਪਊਗਾ, ਕਿਉਂਕਿ ਪਿਛਲੇ ਸਮੇਂ ਤੋਂ ਦੇਖਿਆ ਕਿ ਕੁਝ ਦੁਰਘਟਨਾਵਾਂ ਵਾਪਰ ਜਾਂਦੀਆਂ ਨੇ, ਉਨ੍ਹਾਂ ਵਿੱਚ ਅੱਗ ਲੱਗਣ ਦੀਆਂ ਜਿਹੜੀਆਂ ਜ਼ਿਆਦਾ ਘਟਨਾਵਾਂ ਜਿਹੜੀਆਂ ਨੇ ਉਹ ਵਾਪਰਦੀਆਂ ਨੇ, ਜਿਹਦੇ ਨਾਲ ਜਿਹੜਾ ਸਾਡਾ ਬਹੁਤ ਸਾਰਾ ਨੁਕਸਾਨ ਹੋ ਜਾਂਦਾ। ਉਹ ਜਿਹੜੀ ਅੱਗ ਲੱਗਣ ਦੀ ਘਟਨਾਵਾਂ ਨੇ ਉਹ ਕੁਝ ਅਣਗਹਿਲੀ ਕਾਰਨ ਜਾਂ ਕੁਝ ਹੋਰਨਾਂ ਕਾਰਨ, ਜਿਨ੍ਹਾਂ ਵਿੱਚ ਬਿਜਲੀ ਦੀਆਂ ਢਿੱਲੀਆਂ ਤਾਰਾਂ, ਟਰਾਂਸਫਾਰਮਰ ਤੋਂ ਨਿਕਲੀ ਚੰਗਿਆੜੀ, ਮਜ਼ਦੂਰਾਂ ਦੁਆਰਾ ਸੁਲਗਦੀ ਹੋਈ ਸਿਗਰਟ ਜਾਂ ਬੀੜੀ ਸੁੱਟਣੀ, ਰਹਿੰਦ ਖੂੰਹਦ ਨੂੰ ਅੱਗ ਲੱਗਣੀ, ਕਿਉਂਕਿ ਇਨ੍ਹਾਂ ਦਿਨਾਂ ਦੌਰਾਨ ਬਹੁਤ ਸਾਰੀ ਤੇਜ਼ ਹਵਾ ਚੱਲਦੀ ਹੈ, ਗਰਮੀ ਬਹੁਤ ਤੇਜ਼ ਹੁੰਦੀ ਹੈ, ਅਤੇ ਉਹਦੇ ਵਿੱਚ ਅੱਗ ਲੱਗਣ ਦਾ ਜਿਹੜਾ ਚਾਂਸ ਜਿਹੜੇ ਜ਼ਿਆਦਾ ਰਹਿੰਦੇ ਆ। ਸੋ ਸਾਨੂੰ ਬਹੁਤ ਸਾਰੀ ਸਾਵਧਾਨੀਆਂ, ਕੁਝ ਜਿਹੜੀਆਂ ਸਾਵਧਾਨੀਆਂ ਜਿਹੜੀਆਂ ਨੇ, ਸੋ ਸਾਨੂੰ ਕੁਝ ਸਾਵਧਾਨੀਆਂ ਜਿਹੜਾ ਉਹ ਧਿਆਨ ਰੱਖਣਾ ਪਊਗਾ, ਤਾਂ ਜੋ ਅਸੀਂ ਇਹਨਾਂ ਦੁਰਘਟਨਾਵਾਂ ਨੂੰ ਰੋਕ ਸਕੀਏ। ਸੋ ਉਨ੍ਹਾਂ ਵਿੱਚ ਸਭ ਤੋਂ ਪਹਿਲਾਂ ਸਾਡੇ ਖੇਤਾਂ ਦੇ ਵਿੱਚ ਸਾਡੇ ਆਲੇ ਦੁਆਲੇ ਜੋ ਵੀ ਸਾਰੀਆਂ ਢਿੱਲੀਆਂ ਤਾਰਾਂ ਨੇ ਉਨ੍ਹਾਂ ਨੂੰ ਬਿਜਲੀ ਬੋਰਡ ਦੇ ਅਧਿਕਾਰੀਆਂ ਕਰਮਚਾਰੀਆਂ ਧਿਆਨ ਵਿੱਚ ਲਿਆ ਕੇ ਹੁਣੀ ਤੱਕ ਸਵਾਲਣੀ ਚਾਹੀਦੀਆਂ ਨੇ। ਉਨ੍ਹਾਂ ਦੁਆਰਾ ਕੁਝ 2 ਨੰਬਰ ਵੀ ਜਾਰੀ ਕੀਤੇ ਗਏ ਨੇ, ਜਿਨ੍ਹਾਂ ਦੇ ਵਿੱਚ 96461-0635, 96461-0635 ਅਤੇ 96461-0636 ਇਹ 2 ਵਟਸਐਪ ਨੰਬਰ ਨੇ, ਤੇ ਆਪਾਂ ਕਾਲ ਵੀ ਕਰ ਸਕਦੇ ਹਾਂ। ਜੇਕਰ ਤੁਹਾਡੇ ਇਲਾਕੇ ਦੇ ਵਿੱਚ, ਤੁਹਾਡੇ ਖੇਤਾਂ ਦੇ ਵਿੱਚ ਕਿਤੇ ਵੀ ਢਿੱਲੀਆਂ ਤਾਰਾਂ ਨੇ, ਉਹਦੀ ਫੋਟੋ ਅਤੇ ਉਹਦੀ ਲੋਕੇਸ਼ਨ ਜਿਹੜੀ ਆਪਾਂ ਇਸ ਨੰਬਰ ਤੇ ਭੇਜ ਸਕਦੇ ਹਾਂ। ਦੂਜੇ ਨੰਬਰ ਤੇ ਆ ਜਾਂਦਾ ਕਿ ਜਿਹੜੇ ਟਰਾਂਸਫਾਰਮਰ ਨੇ ਉਹਨਾਂ ਦੇ ਵਿੱਚੋਂ ਵੀ ਕਈ ਵਾਰੀ ਚਿੰਗੜਾ ਨਿਕਲਦਾ ਹੁੰਦਾ, ਸੋ ਉਹਦੇ ਵਿੱਚ ਵੀ ਜੇਕਰ ਢਿੱਲੇ ਆ ਤੇ ਆਪ ਕੱਸਣ ਦੀ ਕੋਸ਼ਿਸ਼ ਨਾ ਕਰੋ, ਉਹ ਵੀ ਜਿਹੜਾ ਆਪਣੇ ਬਿਜਲੀ ਬੋਰਡ ਦੇ ਮਹਿਕਮੇ ਦੇ ਅਧਿਕਾਰੀਆਂ ਦੇ ਧਿਆਨ ਵਿੱਚ ਲਿਆਓ। ਸੋ ਇੱਕ ਟਰਾਂਸਫਾਰਮਰ ਦੇ ਹੇਠੋਂ ਮਰਲਾ ਡੇਢ ਮਰਲਾ ਜਿਹੜੀ ਕਣਕ ਕਟਾ ਕੇ ਉਹਨੂੰ ਜਿਹੜਾ ਵਾ ਵੱਖਰਾ ਸਾਂਭ ਲਓ, ਜਦੋਂ ਤੁਹਾਡੀ ਕੰਬਾਈਨ ਬਾਅਦ ਕੱਟਦੀ ਉਹਦੇ ਵਿੱਚ ਪਾ ਕੇ ਉਹਦੇ ਆਪਾਂ ਦਾਣੇ ਕੱਢ ਸਕਦੇ ਹਾਂ। ਜਿਹੜੀ ਆਪਾਂ ਥਾਂ ਜਗ੍ਹਾ ਤੋਂ ਕਣਕ ਦੀ ਕਟਾਈ ਕੀਤੀ ਹੈ ਮਰਲਾ ਡੇਢ ਮਰਲੇ ਚ, ਉਹਨੂੰ ਉੱਥੇ ਪਾਣੀ ਛੁੱਟ ਦਿਓ, ਪਾਣੀ ਲਾ ਦਿਓ, ਤਾਂ ਜੋ ਉਹਦੇ ਚ ਜੇਕਰ ਕਿਤੇ ਕੋਈ ਮਾੜੀ ਮੋਟੀ ਵੀ ਚੰਗਾਈ ਡਿੱਗਦੀ ਆ ਤਾਂ ਉਹਨੂੰ ਆਪਾਂ ਕਾਬੂ ਕੀਤਾ ਜਾ ਸਕਦਾ। ਇਸ ਤੋਂ ਇਲਾਵਾ ਸਾਡੇ ਕੋਲ ਫਾਇਰ ਬ੍ਰਿਗੇਡ ਅੱਗ ਬੁਝਾਊ ਮਹਿਕਮੇ ਦਾ ਨੰਬਰ ਜਿਹੜਾ ਵਾ ਉਹ ਨੋਟ ਹੋਣਾ ਚਾਹੀਦਾ, ਉਸਦਾ ਨੰਬਰ ਜਾਂ ਟੋਲ ਫਰੀ ਨੰਬਰ ਆ 101 ਆ, ਜਿੱਥੇ ਆਪਾਂ ਸੰਕਟਕਾਲੀਨ ਹਾਲਾਤ ਵਿੱਚ ਸੰਪਰਕ ਕਰ ਸਕਦੇ ਹਾਂ। ਇਸ ਤੋਂ ਇਲਾਵਾ ਅਸੀਂ ਕੁਝ ਆਪਣੇ ਪੱਧਰ ਤੇ ਵੀ ਇੰਤਜ਼ਾਮ ਕਰ ਸਕਦੇ ਹਾਂ, ਕਿਉਂਕਿ ਇਹਨਾਂ ਦਿਨਾਂ ਦੌਰਾਨ ਕਈ ਵਾਰੀ ਲਾਈਟ ਬਿਜਲੀ ਜਿਹੜੀ ਆ ਉਹ ਨਹੀਂ ਆਈ ਹੁੰਦੀ ਅਤੇ ਪਾਣੀ ਦੀ ਲੋੜ ਹੁੰਦੀ ਹੈ। ਸੋ ਉਸ ਸਮੇਂ ਦੌਰਾਨ ਜਦੋਂ ਲੋੜ ਹੁੰਦੀ ਹੈ ਤਾਂ ਫਿਰ ਪਾਣੀ ਨਹੀਂ ਮਿਲਦਾ ਅਤੇ ਪ੍ਰੋਬਲਮ ਜਿਹੜੀ ਵੱਧਦੀ ਹੈ। ਸੋ ਇਸ ਤੋਂ ਬਚਣ ਲਈ ਸਾਨੂੰ ਆਪਣੇ ਟਿਊਬਵੈੱਲਾਂ ਵਿੱਚ ਬੱਚੇ ਜਿਹੜੇ ਡਿੱਗੀਆਂ ਨੇ ਇਹਨਾਂ ਵਿੱਚ ਪਾਣੀ ਭਰ ਕੇ ਰੱਖਣਾ ਚਾਹੀਦਾ। ਇਸ ਤੋਂ ਇਲਾਵਾ ਪਿੰਡਾਂ ਦੇ ਵਿੱਚ ਛਿੜਕਾਅ ਜਿਹੜੇ ਪੰਪ ਆ, ਸਪਰੇ ਪੰਪ ਵੱਡੇ ਆ, ਉਹਨਾਂ ਵਿੱਚ ਤਕਰੀਬਨ 1,000 ਲੀਟਰ ਪਾਣੀ ਜਿਹੜਾ ਉਹ ਸਟੋਰ ਹੋ ਜਾਂਦਾ।
ਸੋ ਉਹਨੂੰ ਜਿਹੜਾ ਵਾ ਆਪਾਂ ਸਟੋਰ ਕਰ ਸਕਦੇ ਹਾਂ ਤਾਂ ਜੋ ਤੁਸੀਂ ਕਿਸੇ ਵੀ ਸੰਕਟਕਾਲੀਨ ਹਾਲਾਤ ਵਿੱਚ ਉਸਦੀ ਵਰਤੋਂ ਕਰ ਸਕੋ। ਇਸ ਤੋਂ ਇਲਾਵਾ ਕੰਬਾਈਨ, ਰੀਪਰ, ਟਰੈਕਟਰ, ਟਰਾਲੀਆਂ ਜਿਹੜੀਆਂ ਵੀ ਸਾਡੀਆਂ ਮਸ਼ੀਨਰੀ ਜਿਹੜੀ ਹੈ ਇਹਦੀ ਢੋਆ ਢੁਆਈ ਲਈ ਜਾਂ ਕਟਾਈ ਸਮੇਂ ਵਰਤਣੀ ਆ ਉਹਦੀ ਚੰਗੀ ਤਰ੍ਹਾਂ ਸਰਵਿਸ ਕਰਵਾਓ। ਸਰਵਿਸ ਕਰਵਾਉਣ ਤੋਂ ਇਲਾਵਾ ਉਸਦੀ ਜਿਹੜੀ ਵਾਇਰਿੰਗ ਹੈ ਉਹ ਵੀ ਚੰਗੀ ਤਰ੍ਹਾਂ ਚੈੱਕ ਕਰਾਓ ਤਾਂ ਜੋ ਕਿਸੇ ਵੀ ਤਰ੍ਹਾਂ ਦੀ ਕੋਈ ਸਮੱਸਿਆ ਜਿਹੜੀ ਨਾ ਆਵੇ। ਕਟਾਈ ਜਿਹੜੀ ਆ ਉਹ ਸਵੇਰੇ 7 ਵਜੇ ਤੋਂ ਲੈ ਕੇ ਸ਼ਾਮ 7 ਵਜੇ ਤੱਕ ਕਰਨੀ ਆ। 7 ਵਜੇ ਤੋਂ ਪਹਿਲਾਂ ਵੀ ਨਹੀਂ ਕਰਨੀ ਨਾ ਹੀ 7 ਵਜੇ ਤੋਂ ਬਾਅਦ ਕਰਨੀ ਆ ਕਿਉਂਕਿ ਇਸ ਸਮੇਂ ਦੌਰਾਨ ਤਰੇਲ ਪਈ ਹੁੰਦੀ ਆ। ਤਰੇਲ ਦੇ ਨਾਲ ਜਿਹੜਾ ਸਾਡਾ ਜਿਹੜੀ ਨਾੜ ਜਿਹੜਾ ਵਾ ਅਤੇ ਦਾਣੇ ਵੀ ਜਿਹੜੇ ਗਿੱਲੇ ਹੁੰਦੇ ਆ ਉਹਦੇ ਵਿੱਚ ਨਮੀ ਜ਼ਿਆਦਾ ਆਏਗੀ ਅਤੇ ਜਿਹਦੇ ਨਾਲ ਜਿਹੜਾ ਵਾ ਉਹ ਮੰਡੀ ਦੇ ਵਿੱਚ ਜਿਹੜਾ ਵਾ ਉਹ ਤੁਹਾਨੂੰ ਮੰਡੀ ਕਰਨ ਸਮੇਂ ਜਿਹੜਾ ਵਾ ਉਹ ਸਮੱਸਿਆ ਦਾ ਸਾਹਮਣਾ ਕਰਨਾ ਪੈ ਸਕਦਾ। ਹਾਂ, ਤਰੇਲ ਦੇ ਨਾਲ ਸਾਡਾ ਨਾੜ ਵੀ ਗਿੱਲਾ ਹੁੰਦਾ ਸਿੱਧਾ ਹੁੰਦਾ ਅਤੇ ਉਹਦੇ ਵਿੱਚ ਵੀ ਕਈ ਵਾਰੀ ਜਿਹੜਾ ਨਾੜ ਜਿਹੜਾ ਵਾ ਉਹ ਕੰਬਾਈਨ ਦੇ ਵਿੱਚ ਜਾਂ ਰੀਪਰ ਦੇ ਵਿੱਚ ਉਹ 'ਚ ਵਲਿਆ ਜਾਂਦਾ ਅਤੇ ਉਹਦੇ 'ਚੋਂ ਚੰਗਾ ਨਿਕਲਦੇ ਆ। ਸੋ ਇਸ ਕਰਕੇ ਇਹਦੀ ਕਟਾਈ ਜਿਹੜੀ ਆ ਉਹ ਸਵੇਰੇ 7 ਵਜੇ ਤੋਂ ਲੈ ਕੇ ਸ਼ਾਮ 7 ਵਜੇ ਤੱਕ ਕਰਦੇ। ਸੋ ਇਸ ਜੇਕਰ ਇਸ ਤਰ੍ਹਾਂ ਕਰਾਂਗੇ ਤੁਹਾਡੀ ਨਮੀ ਜਿਹੜੀ ਆ ਉਹ ਘੱਟ ਹੋਏਗੀ ਕਿਉਂਕਿ ਜਿਹੜੀ ਮੰਡੀਕਰਨ ਸਮੇਂ ਜਿਹੜੀ ਸਰਕਾਰ ਵੱਲੋਂ 12% ਨਮੀ ਦੀ ਮਾਤਰਾ ਜਿਹੜੀ ਆ ਉਹ ਨਿਰਧਾਰਿਤ ਕੀਤੀ ਗਈ ਹੈ। ਜੇਕਰ ਤੁਹਾਨੂੰ ਇਹ ਜਾਣਕਾਰੀ ਚੰਗੀ ਲੱਗੀ ਹੈ ਤਾਂ ਨਾ ਸ਼ੇਅਰ ਕਰੋ, ਦੂਜਿਆਂ ਨਾਲ ਸਾਂਝੀ ਕਰੋ। ਜੇਕਰ ਅਜੇ ਤੱਕ ਸਾਡਾ ਇਹ ਯੂਟਿਊਬ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਤਾਂ ਉਸ ਨੂੰ ਸਬਸਕ੍ਰਾਈਬ ਜ਼ਰੂਰ ਕਰੋ ਤਾਂ ਜੋ ਤੁਹਾਡੇ ਤੱਕ ਬਾਕੀ ਵੀਡੀਓ ਵੀ ਜਿਹੜੀਆਂ ਨੇ ਉਹ ਪਹੁੰਚ ਸਕਣ। ਸੋ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ।